ਦੋਸਤੋ ਇਸ ਵਕਤ ਅਸੀਂ ਜਲੰਧਰ ਵਾਲੇ ਘਰ ਹਾਂ ਨੂਰਾ ਸਿਸਟਰ ਦੇ। ਆਮ ਤੌਰ 'ਤੇ ਸਾਡੇ ਬਹੁਤ ਸਾਰੇ ਦਰਸ਼ਕ ਮੈਨੂੰ ਫੋਨ ਕਰਦੇ ਰਹਿੰਦੇ ਜਾਂ ਸਾਡੇ ਪੰਜਾਬ ਗਰੰਟੀ ਵੀ ਪੁੱਛਦੇ ਰਹਿੰਦੇ ਹੈਗੇ ਇਹਨਾਂ ਦਾ ਘਰ ਕਿੱਥੇ। ਬਸਤੀ ਦਾਨਿਸ਼ਮੰਦਾ ਏਰੀਆ ਹੈ ਆਪਣੇ ਜਲੰਧਰ ਵਿਖੇ, ਉੱਥੇ ਇਹਨਾਂ ਦਾ ਨੇਟਿਵ ਘਰ ਹੈਗਾ। ਇਹ ਇਹਨਾਂ ਦੇ ਫਾਦਰ ਸਾਹਿਬ ਗੁਲਸ਼ਨ ਮੀਰ ਜੀ, ਇਹਨਾਂ ਨੇ ਦੋਨੋਂ ਬੱਚੀਆਂ ਨੂੰ ਜਯੋਤੀ ਅਤੇ ਸੁਲਤਾਨਾ ਨੂਰਾ ਨੂੰ ਮਿਊਜ਼ਿਕ ਸਿਖਾਇਆ, ਪੂਰੀ ਤਾਲੀਮ ਦਿੱਤੀ ਹੈਗੀ ਆ। ਇਹ ਕਿਤੇ ਕਿਤੇ ਜਦੋਂ ਮੈਂ ਗਿਆ ਇਹਨਾਂ ਦੇ ਘਰ ਫੁਰਸਤ ਵਾਲੇ ਟਾਈਮ ਵਿੱਚ ਮਿਊਜ਼ਿਕ ਸੁਣ ਰਹੇ ਸੀ ਬੱਚਿਆਂ ਦਾ, ਨਾਲ ਮੈਨੂੰ ਵੀ ਇਹਨਾਂ ਨੇ ਸੁਣਾਇਆ ਹੈਗਾ। ਅਤੇ ਇਹਦੇ ਨਾਲ ਨਾਲ ਇੱਕ ਦੋ ਹੋਰ ਪੁੱਛਦੇ ਹੈਗੇ ਵੀ ਜਿਹੜੀ ਛੋਟੀ ਸਿਸਟਰ ਆ ਰਿਤੂ ਮੀਰ, ਉਹ ਇਹਨਾਂ ਦੀ ਰੀਅਲ ਸਿਸਟਰ ਆ। ਜੀ ਹਾਂ ਦਰਸ਼ਕੋ, ਇਹ ਜਿਹੜੀ ਰਿਤੂ ਮੀਰ ਹੈਗੀ ਆ ਇਹ ਜਯੋਤੀ ਸੁਲਤਾਨਾ ਨੂਰਾ ਦੀ ਰੀਅਲ ਸਿਸਟਰ ਹੈ। ਅਤੇ ਇਹ ਤੋਂ ਇਲਾਵਾ ਇੱਕ ਹੋਰ ਵੀ ਇਹਨਾਂ ਦੀ ਭੈਣ ਹੈਗੀ ਆ ਮਿਡਲ ਵਾਲੀ, ਜੋ ਕਿ ਮਿਊਜ਼ਿਕ ਗਾਉਂਦੀ ਨਹੀਂ ਹੈ ਲੇਕਿਨ ਸੁਣਨੇ ਦੀ ਬਹੁਤ ਸ਼ੌਕੀਨ ਹੈਗੀ। ਘਰ ਦਾ ਕੰਮ ਕਾਰ ਜਿਹੜਾ ਹੈਗਾ ਸਾਰਾ ਉਹ ਦੇਖਦੀ ਹੈਗੀ ਆ। ਅਤੇ ਕੁੱਲ ਮਿਲਾ ਕੇ ਸਾਰੀ ਬੜੀ ਅੱਛੀ ਸਮੁੱਚੀ ਮਿਊਜ਼ੀਕਲ ਫੈਮਿਲੀ ਹੈ। ਆਓ ਇਹਨਾਂ ਦਾ ਜਿਹੜਾ ਹੈਗਾ ਅਸੀਂ ਇੰਟਰਵਿਊ ਕੀਤਾ, ਕੁਛ ਗਾਣੇ ਦਿਖਾਈਏ ਜਿਹੜੇ ਕਿ ਬੜੇ ਪੋਪੂਲਰ ਹੈਗੇ ਆ ਇਹਨਾਂ ਦੋਨੋਂ ਭੈਣਾਂ ਦੇ।
ਕਿੰਨਾ ਸ਼ੁੱਧ ਗਾਣਾ ਤੁਸੀਂ ਸੁਣਿਆ ਹੋਣਾ ਸੀ। ਜਲੰਧਰ ਵਿਖੇ ਬਹੁਤ ਹੀ ਫੇਮਸ ਸਿੰਗਰ ਜੋਤੀ ਸੁਲਤਾਨਾ ਨੂਰਾਂ ਦੇ ਘਰ, ਉਹਨਾਂ ਦੀ ਪੂਰਾ ਪਰਿਵਾਰ, ਗੁਲਸ਼ਨ ਜੀ, ਉਹਨਾਂ ਦੀ ਵਾਈਫ, ਸਾਰਿਆਂ ਨਾਲ ਅਸੀਂ ਗੱਲਬਾਤ ਕਰਾਂਗੇ। ਬੱਚੇ ਇਸ ਵੇਲੇ ਮੇਰੇ ਨਾਲ ਨੇ, ਜੋਤੀ ਨੂਰਾਂ ਅਤੇ ਇਹਦੀ ਛੋਟੀ ਭੈਣ। ਬੱਚੇ ਤੁਹਾਡਾ ਨਾਂ ਕੀ ਆ? ਹਾਂ, ਕਿਆ ਬਾਤ ਹੈ। ਮੈਂ ਗਾਣੇ ਸੁਣੇ, ਤਿੰਨ ਚਾਰ ਗਾਣੇ ਰਿਕਾਰਡ ਵੀ ਕੀਤੇ ਦਰਸ਼ਕੋ। ਇਹਨਾਂ ਦੀ ਵਾਇਸ ਬਿਲਕੁਲ ਮਿਲਦੀ ਹੈਗੀ, ਹਾਲਾਂ ਮੇਰੇ ਕੰਨ ਥੋੜ੍ਹੇ ਜਿਹੇ ਸਮਝਦਾਰ ਹੈਗੇ, ਮੈਂ ਵੀ ਨਹੀਂ ਪਛਾਣ ਸਕਿਆ ਵੀ ਇਹਦੀ ਛੋਟੀ ਬੇਟੀ ਦੀ ਵਾਇਸ ਇੰਨੀ ਮਿਲਦੀ ਹੈਗੀ ਆ। ਸਭ ਤੋਂ ਪਹਿਲਾਂ ਜੋਤੀ, ਅਸੀਂ ਤੁਹਾਡੇ ਨਾਲ ਕਰਦੇ ਹੈਗੇ, ਇਹ ਜਿਹੜਾ ਹੈਗਾ ਮਿਊਜ਼ਿਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ ਬੱਚੇ ਤੁਹਾਡਾ? ਬਸ ਜੀ, ਇੱਦਾਂ ਹੀ ਛੋਟੇ ਛੋਟੇ ਸੀਗੇ। ਹਾਂਜੀ। ਮੈਂ ਅਤੇ ਮੇਰੇ ਵੱਡੇ ਸਿਸਟਰ, ਹਾਂਜੀ, ਇੱਦਾਂ ਖੇਡਦੇ ਸੀਗੇ ਫਰੈਂਡਸ ਦੇ ਨਾਲ। ਅੱਛਾ ਜੀ। ਅਤੇ ਉਦੋਂ ਕੁਛ ਪਤਾ ਨਹੀਂ ਸੀ ਕਿ ਅਸੀਂ ਗਾਵਾਂਗੇ। ਹਾਂਜੀ ਹਾਂਜੀ। ਅਤੇ ਖੇਡਦੇ ਬਸ ਇੱਦਾਂ ਹੀ ਬੀਬੀ ਜੀ ਦਾ ਕਲਾਮ ਸੀਗਾ, ਉਹ ਗਾ ਰਹੇ ਸੀ। ਹਾਂਜੀ। ਉਸ ਤੋਂ ਬਾਅਦ ਫਿਰ ਪਾਪਾ ਨੇ ਸਾਨੂੰ ਇੱਦਾਂ ਦੇਖਿਆ। ਹਾਂਜੀ। ਅਤੇ ਉਹਨਾਂ ਨੇ ਸੁਣਿਆ। ਹਾਂਜੀ। ਅਤੇ ਮੰਮੀ ਨੂੰ ਕਹਿੰਦੇ, ਸਾਡੇ ਚਾਚਾ ਜੀ ਨੂੰ ਕਹਿੰਦੇ ਕਿ 2 ਮਿੰਟ ਦੇਖਿਓ, ਕਹਿੰਦੇ ਕੁੜੀਆਂ ਗਾ ਰਹੀਆਂ। ਅੱਛਾ ਅੱਛਾ। ਉਸ ਤੋਂ ਬਾਅਦ ਪਾਪਾ ਨੇ ਵੈਸੇ ਹੀ ਸਾਨੂੰ ਬੁਲਾਇਆ ਅਤੇ ਕਹਿੰਦੇ ਪੁੱਤ ਤੁਸੀਂ ਗਾਓਗੇ? ਅਸੀਂ ਕਿਹਾ ਹਾਂਜੀ ਹਾਂਜੀ ਅਸੀਂ ਗਾਵਾਂਗੇ। ਉਹ ਮਾੜਾ ਜਿਹਾ 2 ਲਾਈਨਾਂ ਬੱਚੇ ਸੁਣਾ ਕੇ ਦਿਓ ਇੱਕ ਵਾਰੀ ਤੁਹਾਡੇ ਦਰਸ਼ਕਾਂ ਨੂੰ। ਕਲਾਮ ਉਹ ਕਿਹੜਾ ਸੀ? ਬੀਬੀ ਜੀ ਦਾ ਕਲਾਮ ਸੀ ਜੀ, ਹੋਲੀ ਵਿੱਚ ਉਹਨੇ ਯਾਦ ਰੱਖਣਾ। ਹਾਂ ਹਾਂ, ਜ਼ਰੂਰ ਸੁਣਾਓ। ਹੋਲੀ ਵਿੱਚੋਂ ਨੀ ਯਾਰ ਲੱਭ ਲੈ, ਹੋਲੀ ਵਿੱਚੋਂ ਨੀ ਬੱਚੇ। ਜ਼ਿੰਦਗੀ ਦਾ ਸਫ਼ਰ ਗਾਂ, ਫਿਰ ਮਿਊਜ਼ਿਕ ਦਾ ਕਿਵੇਂ ਚੱਲਿਆ? ਬਸ ਜੀ, ਫਿਰ ਉਸ ਤੋਂ ਬਾਅਦ ਪਾਪਾ ਨੇ ਸਾਨੂੰ ਗਾਈਡੈਂਸ ਦੇਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਤੁਹਾਡੀ ਫਿਰ ਚੱਲ ਸੋ ਚੱਲ। ਬਹੁਤ ਅੱਛਾ। ਅਤੇ ਜਿਹੜੀ ਛੋਟੀ ਬੇਟੀ ਆ, ਇਹਦੀ ਵੀ ਵਾਇਸ ਬਿਲਕੁਲ ਮਿਲਦੀ ਹੈਗੀ। ਬੱਚੇ, ਤੇਰਾ ਕਦੋਂ ਸ਼ੌਕ ਹੋਇਆ ਸੀ? ਮੇਰਾ ਸ਼ੌਕ ਹੋਇਆ ਸੀਗਾ, ਸਾਲ ਕੁ ਹੋ ਗਿਆ। ਸਾਲ ਕੁ ਹੋ ਗਿਆ? ਹਾਂਜੀ। ਅੱਛਾ ਅੱਛਾ। ਉਹ ਪਾਪਾ ਅਚਾਨਕ ਹੀ ਹਾਰਮੋਨੀਅਮ ਲੈ ਕੇ ਬੈਠੇ ਸੀਗੇ ਉਧਰ। ਅੱਛਾ ਅੱਛਾ। ਤੇ ਮੈਨੂੰ ਮੰਮਾ ਨੇ ਭੇਜਿਆ ਸੀਗਾ। ਅੱਛਾ ਜੀ। ਤੇ ਦਰਬਾਰ ਦੀ ਗੱਲ ਹੈ। ਅੱਛਾ ਜੀ। ਤੇ ਮੈਂ ਕਿਹਾ ਪਾਪਾ ਤੁਹਾਨੂੰ ਮੰਮਾ ਬੁਲਾ ਰਹੇ ਆ। ਅੱਛਾ। ਤੇ ਇਹਨਾਂ ਨੇ ਮੈਨੂੰ ਪਿੱਛੋਂ ਆਵਾਜ਼ ਮਾਰੀ, ਕਹਿੰਦੇ ਗੱਲ ਸੁਣ ਗੱਲ ਸੁਣ ਗੱਲ ਸੁਣ। ਹਾਂ ਹਾਂ। ਮੈਂ ਕਿਹਾ ਹਾਂਜੀ। ਕਹਿੰਦੇ ਇਹਨੂੰ ਕਹਿਣ ਲੱਗ ਗਏ ਹਾਰਮੋਨੀਅਮ ਨੂੰ, ਕਹਿੰਦੇ ਤੂੰ ਵੀ ਨੀ ਗਿਆ ਤੇ ਮੈਂ ਵੀ ਨੀ ਗਿਆ, ਕਹਿੰਦੇ ਤੂੰ ਗਾਏਂਗੀ? ਮੈਂ ਕਿਹਾ ਹਾਂਜੀ ਪਾਪਾ ਜ਼ਰੂਰ। ਫਿਰ ਅਸੀਂ ਦੋਨਾਂ ਨੇ ਕੁਛ, ਪਾਪਾ ਨੇ ਮਿਹਨਤ ਕੀਤੀ, ਕੁਛ ਮੈਂ ਕੀਤੀ, ਬਾਕੀ ਜੇ ਅੱਜ ਇੱਥੇ ਬੈਠੀ ਹਾਂ ਤੇ ਇਹਨਾਂ ਦੀ ਬਦੌਲਤ ਹੈ। ਚਲੋ, ਪਾਪਾ ਨਾਲ ਵੀ ਤੇਰੇ ਨਾਲ ਗੱਲ ਕਰਦੇ ਆ। ਇਹ ਵੀ ਇਹਨਾਂ ਦੀ ਬਦੌਲਤ ਹੈ। ਹਾਂ ਹਾਂ, ਬਹੁਤ ਅੱਛਾ ਬਹੁਤ ਅੱਛਾ। ਉਹ ਵੀ ਗਾਣਾ ਕਿਹੜਾ ਸੀ, ਥੋੜਾ ਜਿਹਾ ਸੁਣਾ ਦਿਓ ਜਰਾ ਗੁਲਸ਼ਨ ਜੀ ਦਾ। ਨਾ ਜੁਮੀਆਂ ਵੇ ਮੇਰੀ ਤਕਦੀਰ ਦੱਸ ਦੇ, ਨਾ ਜੁਮੀਆਂ ਵੇ ਮੇਰੀ ਤਕਦੀਰ ਦੱਸ ਦੇ, ਕਦੋਂ ਤਖਤ ਹਜ਼ਾਰੇ ਜਾ ਹੀਰ ਦੱਸ ਦੇ, ਕਦੋਂ ਤਖਤ ਹਜ਼ਾਰੇ ਜਾ ਹੀਰ ਦੱਸ ਦੇ, ਨਾ ਜੁਮੀਆਂ ਵੇ ਮੇਰੀ ਤਕਦੀਰ ਦੱਸ ਦੇ, ਨਾ ਜੁਮੀਆਂ ਵੇ ਮੇਰੀ ਤਕਦੀਰ। ਕਦੋਂ ਸੋ